ਹਜ਼ਾਰਾਂ ਲਾਉਂਦੇ ਨੇ ਉਤਨੇ ਬੰਦੇ ਦੀ ਕਦਰ ਨਹੀਂ ਢੋਂਗੀ ਦੀ ਜੈ ਜੈਕਾਰ ਹੋਵੇ ਫਿਰ ਕਿਉਂ ਨਾ ਆਖਰਕਾਰ ਦੱਸੋ ਇਨਸਾਨੀ ਸ਼ਰਮਸ਼ਾਰ ਹੋਵੇ ਹੋਂਦ ਮਕਾਨ ਵਿੱਚ ਲੱਗੇ ਨੇ ਸਾਡੀ ਜੜ ਵੱਡਣ ਨੂੰ ਫਿਰਦੇ ਨੇ ਮੰਜਾ ਬਟਾਉਣਾ ਚਾਹੁੰਦੇ ਨੇ ਐਸੇ ਫਿਰਾਕ ਵਿੱਚ ਬੈਠੇ ਵਰਜਦੇ ਨੇ ਪਹਿਲਾਂ ਸਾਡੇ ਪਾਣੀ ਖੋਲੇ ਫਿਰ ਬੋਲੀ ਦਬਾਉਣਾ ਸ਼ੁਰੂ ਕੀਤਾ ਹਰ ਕਿਸਾਨ ਮਾਰੂ ਨੀਤੀ ਅਪਣਾ ਕੇ ਜ਼ਿਮੀਦਾਰ ਮਕਾਉਣਾ ਚਾਹੁੰਦੇ ਨੇ ਮਿੱਟੀ ਨਾਲ ਮਿੱਟੀ ਹੋ ਕੇ ਦੁਨੀਆ ਦਾ ਟਿੱਡ ਭਰਦਾ ਜਿਹੜਾ ਜੇ ਕਿੰਦੇ ਬੋਲ ਹੇਠਾ ਪਲ ਪਲ ਪਿਆ ਮਰਦਾ ਜਿਹੜਾ ਜਿਸਨੇ ਪੁੱਤਾਂ ਵਾਂਗੂ ਫਸਲ ਪਾਲੀ ਕਦੇ ਨਾ ਸੌਂਦਾ ਦੇਖਿਆ ਮੈਂ ਵਾਦੇ ਕਿਤੇ ਜੋ ਲਾਰੇ ਹੋਗੇ ਹੁਣ ਆਗੇ ਇਕੱਠੇ ਸਾਰੇ ਹੋਗੇ ਇੱਕ ਤੋਂ ਸੌ ਸੌ ਤੋਂ ਹਜ਼ਾਰ ਕਿਸਾਨ ਏਕਤਾ ਦੇ ਨਾਰੇ ਹੋਗੇ ਮਾਰ ਨਾ ਕਰ ਬੈਠੀ ਸਰਕਾਰੇ ਇਹ ਵਹਿਮ ਹੀ ਕੱਢਣਾ ਜਾਣਦੇ ਨੇ ਬਸ ਨੱਗੇ ਨਹੀਂ ਮੋੜ ਨਹੀਂ ਆਉਂਦੇ ਧੌਣ ਵੀ ਵੱਢਣਾ ਜਾਣਦੇ ਨੇ ਗਲਤ ਥਾਂ ਤੇ ਮੱਥਾ ਡਾਲਿਆ ਕਿਉਂਕਿ ਸਾਰਾ ਸਿੰਘ ਫਸਾ ਲਿਆ ਬਾਂਦੇ ਨੇ ਜੋ ਹੱਕ ਸਾਡੇ ਚੁੱਪ ਚਾਪ ਤੇ ਮੋੜ ਦਿਓ ਨਹੀਂ ਤੇ ਹੱਥਾਂ ਨੂੰ ਹੋੜਾ ਬੰਨਿਆ ਦੇ ਨਹੀਂ ਲੱਗਣੀ ਨਹੀਂ ਤੇ ਹੱਥ ਨੂੰ ਹੋੜਾ ਬੰਨਿਆ ਦੇ ਨਹੀਂ ਲੱਗਣੀ ਆਖਿਰਕਾਰ ਵਿੱਚ ਨਾ ਮੈਂ ਇਹੋ ਕਹਿਣਾ ਚਾਹੁੰਦੀ ਆ ਕਿ ਜੋ ਕੱਲ ਅਸੀਂ ਵੀ ਦਿੱਲੀ ਜਾ ਰਹੇ ਆ ਜਿਹੜੇ ਧਰਨਾ ਪ੍ਰਦਰਸ਼ਨ ਹੋ ਰਿਹਾ ਹੈ ਤੇ ਮੈਂ ਸਭ ਜਿਹੜੇ ਨਗਰ ਨਿਵਾਸੀ ਇਹਨਾਂ ਨੂੰ ਵੀ ਇਹੋ ਕਹਿਣਾ ਚਾਹੁੰਦੀ ਆ ਅਗਰ ਤੁਸੀਂ ਜਿਹੜੇ ਜਾ ਸਕਦੇ ਨੇ ਉਹ ਵੀ ਉੱਥੇ ਜਾਣ ਜਾ ਕੇ ਉਹਨਾਂ ਦੀ ਕਿਉਂਕਿ ਲੜਾਈ ਸਭ ਦੀ ਹੈ ਉਹਨਾਂ ਦੇ ਕੱਲਿਆਂ ਦੀ ਲੜਾਈ ਨਹੀਂ ਹੈਗੀ ਤੇ ਜਿਹੜੇ ਜਾ ਸਕਦੇ ਉਹ ਜਾਣ ਨਹੀਂ ਤੇ ਸੋਸ਼ਲ ਮੀਡੀਆ ਦੇ ਰਾਹੀਂ ਆਪਣੀ ਆਵਾਜ਼ ਜ਼ਰੂਰ ਚੁੱਕੋ ਤਾਂ ਜੋ ਜਿਹੜੀ ਉਹਨਾਂ ਦਾ ਹੌਸਲਾ ਹੋਰ ਬੁਲੰਦ ਹੋ ਸਕੇ ਤਾਂ ਜੋ ਜਿਹੜੀ ਜਿੱਤ ਜੰਗ ਦੀ ਜਿੱਤ ਜਿਹੜੀ ਜਿੱਤ ਕੇ ਆਉਣ ਵਾਹਿਗੁਰੂ ਜੀ ਕਾ ਖਾਲਸਾ